ਗੁੱਡ ਈਵਨਿੰਗ एवरीवन ਅੱਜ ਤੋਂ ਆਪਾਂ ਇੱਕ ਨਵੀਂ ਲੈਕਚਰ ਸੀਰੀਜ਼ ਸ਼ੁਰੂ ਕਰਨ ਲੱਗੇ ਆ ਜਿਸ ਦੇ ਵਿੱਚ ਆਪਾਂ ਜਿੰਨੀਆਂ ਵੀ ਆਸਟਾਕ ਦੀਆਂ ਉਡਾਨ ਸ਼ੀਟਸ ਹੋਈਆਂ ਉਹਨੂੰ ਆਪਾਂ ਕਵਰ ਕਰਨੀ ਹੈ ਕਰੋ ਸ਼ੁਰੂ करिए ਚਲੋ ਦੇਖੋ ਇਹਦੇ ਵਿੱਚ ਜਿਵੇਂ ਆਪਣਾ ਫਰਸਟ ਕੁਐਸਚਨ ਹੈ ਫਰਸਟ ਕੁਐਸਚਨ ਕੀ ਹੈ ਬੇਟਾ ਦੇਖੋ ਧਿਆਨ ਨਾਲ ਕੀ ਕਹਿ ਰਿਹਾ ਆਪਾਂ ਨੂੰ ਫਰਸਟ ਕੁਐਸਚਨ ਦੇ ਵਿੱਚ ਕਹਿੰਦਾ ਅੰਗਰੇਜ਼ੀ ਸ਼ਬਦ ਕੋਸ਼ ਅਨੁਸਾਰ ਕਿਹੜਾ ਸ਼ਬਦ ਪਹਿਲਾਂ ਆਵੇਗਾ ਜਿਵੇਂ ਦੇਖੋ ਫਰਸਟ ਕੁਐਸਚਨ ਹੈ ਕਿ ਜੇ ਆਪਾਂ ਡਿਕਸ਼ਨਰੀ ਦੇ ਵਿੱਚ ਦੇਖੀਏ ਕਿ ਕਿਹੜਾ ਅੱਖਰ ਪਹਿਲਾ ਆਊਗਾ ਡਿਕਸ਼ਨਰੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਡਿਕਸ਼ਨਰੀ ਦੇਖਣੀ ਆਂਦੀ ਹੈ ਇੰਗਲਿਸ਼ ਦੀ ਦੇਖੋ ਪਹਿਲਾ ਅੱਖਰ ਕਿਹੜਾ ਆਉਂਦਾ ਦੇਖੋ ਸਾਰਿਆਂ 'ਚ ਸੀ ਸੀ ਲਿਖਿਆ ਹੋਇਆ ਇਹਦੇ 'ਚ ਵੀ ਸੀ ਹੈ 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 ਤੇ ਜੇ ਆਪਾਂ ਡਿਕਸ਼ਨਰੀ ਦੇ ਵਿੱਚ ਦੇਖੀਏ ਜੇ ਐਚ ਵਾਲੇ ਵੀ ਦੋਨਾਂ 'ਚ ਸੇਮ ਨੇ ਦੇਖੋ ਜੀ ਸੀ ਐਚ ਵੀ ਹੈ ਤੀਜੇ ਤਿੰਨਾਂ 'ਚ ਸੀ ਐਚ ਏ ਵੀ ਸੇਮ ਹੈ ਹੁਣ ਚੌਥਾ ਅੱਖਰ ਦੇਖੋ ਮੇਨ ਚੌਥੇ ਤੋਂ ਪਤਾ ਚੱਲੂਗਾ ਕੀ ਕਿਹੜਾ ਅੱਖਰ ਡਿਕਸ਼ਨਰੀ ਦੇ ਵਿੱਚ ਪਹਿਲਾ ਆਊਗਾ ਹੁਣ ਦੇਖੋ ਚੌਥੇ 'ਚ ਇੱਥੇ ਆਈ ਲਿਖਿਆ ਹੋਇਆ ਹੈ ਇੱਕ ਤਾਂ ਆਈ ਹੈ ਅਗਲੇ ਆੜੇ ਭਾਗ 'ਚ ਇਹਦਾ ਆਰ ਲਿਖਿਆ ਹੋਇਆ ਹੈ ਫਿਰ ਐਮ ਲਿਖਿਆ ਹੈ ਅਗਲੇ ਭਾਗ 'ਚ ਅਗਲੇ 'ਚ ਲਿਖਿਆ ਹੈ ਆਈ ਅਗੇਨ ਹੁਣ ਦੇਖੋ ਇਹ ਸਾਰਿਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਆਈ ਪਹਿਲਾਂ ਆਉਂਦਾ ਹੁੰਦਾ ਹੁਣ ਆਈ ਬੱਟ ਇੱਥੇ ਪ੍ਰੋਬਲਮ ਹੈ ਇੱਥੇ ਦੋ ਜਗ੍ਹਾ ਆਈ ਆਇਆ ਹੋਇਆ ਦੇਰਫੋਰ ਯਾ ਤਾਂ ਇਹਦਾ ਆਨਸਰ ਪਹਿਲਾ ਸਹੀ ਹੈ ਊੜਾ ਜਾਂ ਸੱਸਾ ਹੁਣ ਕਿਵੇਂ ਆਪਾਂ ਡਿਸਾਈਡ ਕਰਾਂਗੇ ਦੇਖੋ ਇਹਦੇ ਪਹਿਲੇ ਪਹਿਲੇ ਅੱਖਰ ਸੇਮ ਨੇ ਦੂਜੇ ਦੂਜੇ ਅੱਖਰ ਸੇਮ ਨੇ ਤੀਜੇ ਤੀਜੇ ਏ ਵੀ ਸੀ ਸੇਮ ਹੈ ਚੌਥੇ ਚੌਥਾ ਆਈ ਵੀ ਸੀ ਸੇਮ ਹੁਣ ਪੰਜਵੇਂ ਅੱਖਰ ਤੇ ਟਾਈ ਹੋ ਗਿਆ ਦੇਖੋ ਇਹਦਾ ਪੰਜਵਾਂ ਅੱਖਰ ਜਿਹੜਾ ਆਰ ਇਹਦਾ ਪੰਜਵਾਂ ਅੱਖਰ ਕਿਹੜਾ ਹੈ ਐਨ ਇਹ ਦੋਨਾਂ ਚ ਦੇਖੋ ਡਿਕਸ਼ਨਰੀ ਚ ਪਹਿਲਾ ਕਿਹੜਾ ਆਉਂਦਾ ਆਪਾਂ ਨੂੰ ਪਤਾ ਹੈ ਏ ਬੀ ਸੀ ਡੀ ਇਹ ਚੱਕਦੇ ਆ ਪਹਿਲਾ ਐਨ ਆਉਂਦਾ ਹੈ ਪਤਾ ਹੈ ਜੀ n ਪਹਿਲਾਂ ਆਉਂਦਾ r ਬਾਅਦ ਆਉਂਦਾ ਤਾਂ ਇਹਦਾ ਆਨਸਰ ਕੀ ਹੋਊਗਾ ਕਿਉਂਕਿ n ਪਹਿਲਾਂ ਆ ਰਿਹਾ ਇਹਦਾ ਆਨਸਰ ਸ ਆਊਗਾ ਕਲੀਅਰ ਹੈ ਬੇਟਾ ਸਮਝ ਆ ਗਿਆ ਬੇਟਾ ਇਜ਼ੀ ਹੈ ਕੁਝ ਖਾਸ ਨਹੀਂ ਹੈ ਦੇ ਫੋਰ ਇਹਦਾ ਪਹਿਲੇ ਦਾ ਆਨਸਰ ਕੀ ਹੈ ਸ ਪਾਰਟ ਹੈ ਕਲੀਅਰ ਹੈ ਚਲੋ ਹੁਣ ਆਪਾਂ ਦੇਖਦੇ ਹਾਂ ਇਹਦਾ ਦੂਜਾ ਕੁਐਸਚਨ ਦੇਖੋ ਦੂਜਾ ਕੁਐਸਚਨ ਕੀ ਕਹਿ ਰਿਹਾ ਹੈ ਕਹਿੰਦਾ ਕਿਹੜਾ ਹੈ ਜਿਹੜਾ ਵਿਟਾਮਿਨ ਹੁੰਦਾ ਹੈ ਜਿਹੜਾ ਖੂਨ ਦੇ ਜੰਮਣ ਦੇ ਵਿੱਚ ਮਦਦ ਕਰਦਾ ਹੈ ਜਦੋਂ ਆਪਣਾ ਕਦੇ ਵੀ ਸੱਟ ਲੱਗ ਜਾਂਦੇ ਨੇ ਨਾ ਆਪਣੇ ਕ ਖੂਨ ਦਾ ਜਦੋਂ ਜੰਮਦਾ ਹੈ ਜਿਹੜਾ ਬਲੱਡ ਕਲੋਟਿੰਗ ਹੈ ਉਹ ਕਿਤੇ ਕਰਕੇ ਪੋਸੀਬਲ ਹੁੰਦਾ ਹੈ ਜੇ ਆਪਣਾ ਜਿਵੇਂ ਸੱਟ ਲੱਗ ਗਈ ਜੇ ਖੂਨ ਨਿਕਲੀ ਹੋ ਗਿਆ ਨਿਕਲੀ ਗਿਆ ਜੰਮੇ ਹੀ ਨਾ ਕਦੇ ਤਾਂ ਦਾ ਆਪਣਾ ਖੂਨ ਵਹਿ ਜਾਊਗਾ ਬਹੁਤ ਸਾਰਾ ਹੀ ਖਤਮ ਹੋ ਜਾਗੇ ਆਪਾਂ ਮਰ ਜਾਾਂਗੇ ਤਾਂ ਕਿਹੜਾ ਐਜਾ ਵਿਟਾਮਿਨ ਹੈ ਜਿਹੜਾ ਆਪਾਂ ਨੂੰ ਖੂਨ ਦੇ ਜੰਮਣ ਚ ਮਦਦ ਕਰਦਾ ਹੈ ਉਹ ਹੈਗਾ ਬੇਟਾ ਕਿਹੜਾ ਜੀ ਉਹ ਹੈ ਆਪਣਾ ਵਿਟਾਮਿਨ ਕੇ ਠੀਕ ਹੈ ਪਹਿਲੇ ਦਾ ਉੱਤਰ ਹੋ ਗਿਆ ਚੀਨ ਦੂਜੇ ਦਾ ਉੱਤਰ ਹੋ ਗਿਆ ਵਿਟਾਮਿਨ ਕੇ ਠੀਕ ਹੈ ਜੀ ਚਲੋ ਹੁਣ ਆਪਣਾ ਤੁਹਾਡੇ ਲਈ ਹੋਮਵਰਕ ਵੀ ਹੈ ਕਿ ਤੁਸੀਂ ਇਹ ਦੇ ਇੱਕ ਦੱਸਣਾ ਮੈਨੂੰ ਕਿ ਵਿਟਾਮਿਨ ਏ ਕਿਸ ਚੀਜ਼ ਦੇ ਕੰਮ ਆਂਦਾ ਹੈ ਜਿਵੇਂ ਹੁਣ ਵਿਟਾਮਿਨ ਕੇ ਕਿਸ ਚੀਜ਼ ਦੇ ਮਦਦ ਕਰਨ ਦੇ ਕਿਸ ਚੀਜ਼ ਦੇ ਕੰਮ ਆਂਦਾ ਹੈ ਕਿ ਵਿਟਾਮਿਨ ਜੇ ਕੇ ਦੀ ਆਪਣੇ ਕੋਲ ਅੰਦਰ ਕਮੀ ਨਹੀਂ ਹੋਊਗੀ ਤਾਂ ਆਪਣਾ ਖੂਨ ਨਹੀਂ ਜਮ ਖੂਨ ਜੰਮੂਗਾ ਜੇ ਵਿਟਾਮਿਨ ਕੇ ਦੀ ਖਾਮੀ ਹੋਗੀ ਤੇ ਆਪਣਾ ਖੂਨ ਨਹੀਂ ਜਮਣਾ ਠੀਕ ਹੈ ਜੀ ਕਲੀਅਰ ਹੈ ਚਲੋ ਹੁਣ ਆਪਾਂ ਦੇਖਦੇ ਆ 3rd ਕੁਐਸਚਨ 3rd ਕੁਐਸਚਨ ਚ ਦੇਖੋ ਕੀ ਕਹਦੇ ਆ ਇਹ ਤੁਹਾਡਾ ਐਨਐਮਐਮਐਸ ਦੇ ਵਿੱਚ ਬਹੁਤ ਕੁਐਸਚਨ ਆਉਂਦਾ ਹੈ ਦੇਖੋ ਇਹ ਕੁਐਸਚਨ ਬੇਟਾ ਕਹਿ ਕੀ ਰਿਹਾ ਦੇਖੋ ਇਹਦੇ ਚ ਕੀ ਲਿਖਿਆ ਹੋਇਆ ਹੈ ਇੱਥੇ ਦੇਖੋ ਕਹਿੰਦਾ ਆ ਪਹਿਲੀ ਚੋਇਸ ਹੈ ਆ ਦੂਜਾ ਕਹਿੰਦਾ ਪਹਿਲਾਂ ਤਾਂ ਐਵੇਂ ਚਤਰਭੁਜ ਸੀਗਾ ਇਹਨੂੰ ਕਹਿੰਨੇ ਆਪਾਂ ਆਇਤ ਆਇਤ ਦੇ ਵਿੱਚ ਤੀਰ ਉੱਪਰ ਨੂੰ ਹੈ ਦੇਖੋ ਬੇਟਾ ਪਹਿਲੇ ਫਿਗਰ ਚ ਫਿਰ ਕਹਿੰਦਾ ਇਹ ਨੇ 90 ਡਿਗਰੀ ਇਧਰ ਨੂੰ ਰੋਟੇਟ ਹੋ ਗਿਆ ਦੇਖੋ 90 ਡਿਗਰੀ ਰੋਟੇਟ ਹੋ ਗਿਆ ਦੇਖੋ ਸਹੀ ਗੱਲ ਹੈ ਫੇਰ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਤੀਜੇ ਖਾਨੇ ਚ ਕੀ ਹੋਇਆ ਪਹਿਲਾ ਇਹ 90 ਡਿਗਰੀ ਰੋਟੇਟ ਹੋਇਆ ਖੱਬੇ ਪਾਸੇ ਨੂੰ ਫੇਰ 90 ਡਿਗਰੀ ਰੋਟੇਟ ਹੋਇਆ ਖੱਬੇ ਪਾਸੇ ਨੂੰ ਤਾਂ ਇਸ ਤੋਂ ਅਗਲਾ ਕੀ ਹੋਊਗਾ ਇਹਨੇ ਫੇਰ 90 ਡਿਗਰੀ ਇੱਧਰ ਨੂੰ ਰੋਟੇਟ ਹੋ ਜਾਣਾ ਤਾਂ ਇੱਧਰ ਵੱਸੇ ਤੀਰ ਬਣ ਜੂ ਐਵੇਂ ਤੀਰ ਇੱਧਰ ਨੂੰ ਬਣ ਜੂਗਾ ਇੱਧਰ ਆਪਣੇ ਕੋਲ ਐਵੇਂ ਆਇਤ ਬਣ ਜੂਗਾ ਦੇਖੋ ਇੰਨਾ ਚਾਰਾਂ ਚੋਂ ਕਿਹੜੀ ਚੋਇਸ ਸਹੀ ਹੈ ਬੇਟਾ ਦੇਖੋ ਆਹੀ ਪਈ ਹੈ ਆੜਾ ਭਾਗ ਆਨਸਰ ਹੈ ਦਾ ਬੇਟਾ ਦੇਖੋ ਕਿੰਨਾ ਸੌਖਾ ਕੁਐਸਚਨ ਸੀਗਾ ਠੀਕ ਹੈ ਜੀ ਚੱਲੀਏ ਅੱਗੇ ਚਲੋ ਅਗਲਾ ਕੁਐਸਚਨ ਦੇਖੋ ਕਿਹੜਾ ਚੌਥਾ ਕੁਐਸਚਨ ਕੀ ਕਹਿ ਰਿਹਾ ਆਪਾਂ ਨੂੰ ਚੌਥਾ ਕੁਐਸਚਨ ਇਹ ਕਹਿ ਰਿਹਾ ਹੈ ਕਿ ਇਨ੍ਹਾਂ ਸੰਖਿਆਵਾਂ ਦੇ ਵਿੱਚ ਕਿਹੜੀਆਂ ਐ ਜੇ ਸੰਖਿਆਵਾਂ ਹੁੰਦਾ ਜਿਨ੍ਹਾਂ 'ਚ ਸਿਰਫ ਇੱਕੇ ਸਾਂਝਾ ਗੁਣਨਖੰਡ ਹੁੰਦਾ ਹੈ ਜਿਵੇਂ ਦੇਖੋ ਆਹ ਦੋ ਸੰਖਿਆਵਾਂ ਨੇ ਇਨ੍ਹਾਂ 'ਚ ਕੋਈ ਦੋ ਸਾਂਝੀ ਚੀਜ਼ ਇਨ੍ਹਾਂ ਦੇ ਗੁਣਨਖੰਡ ਕੀ ਹੋਣਗੇ ਪਤਾ ਨਾ ਤਿੰਨ ਦੇ ਗੁਣਖੰਡ ਹੁੰਦੇ ਨੇ 1 ਤੇ 1 ਤੇ 1 ਦੇ ਭਾੜੇ ਜਾਂ ਤਿੰਨ ਦੇ ਭਾੜੇ ਹੁੰਦੇ। 5 ਕਿਹੜੇ ਕਿਹੜੇ ਭਾੜੇ ਜਾਂਦਾ ਹੈ? ਜਾਂ 1 ਦੇ ਭਾੜੇ ਜਾਂਦਾ ਹੈ ਜਾਂ 5 ਦੇ ਭਾੜੇ ਜਾਂਦਾ ਹੈ। ਦੋਨਾਂ 'ਚ ਸਾਂਝਾ ਕੀ ਹੈ? ਸਿਰਫ 1। ਜਿੰਨਾ ਦੇ ਵਿੱਚ ਵੀ ਉਹ ਸੰਖਿਆਵਾਂ ਜਿੰਨਾ 'ਚ ਸਾਂਝਾ ਸਿਰਫ 1 ਹੋਵੇ। ਠੀਕ ਹੈ ਜੀ। ਉਹ ਸੰਖਿਆਵਾਂ ਜਿੰਨਾ 'ਚ ਸਾਂਝਾ ਸਿਰਫ 1 ਹੋਵੇ ਕਿ ਉਹ ਕੋਈ ਵੀ ਦੋ ਸੰਖਿਆਵਾਂ ਜਿਵੇਂ a ਤੇ b ਮੰਨ ਲਈਏ ਜਿੰਨਾਂ ਦੇ ਵਿੱਚ ਸਾਂਝਾ ਸਿਰਫ ਇੱਕ ਹੋਵੇ ਆਪਾਂ ਨੇ ਦੋ ਸੰਖਿਆਵਾਂ ਲੈ ਲਈਆਂ ਕਿਹੜੀਆਂ ਕਿਹੜੀਆਂ ਦੋ ਸੰਖਿਆਵਾਂ ਲੱਤੀ ਜਿਵੇਂ 3 ਤੇ 5 ਇਹ ਦੋਨਾਂ 'ਚ ਸਾਂਝਾ ਕਿੰਨਾ ਹੈ ਬੇਟਾ ਦੇਖੋ ਆਹ ਦੋਨਾਂ 'ਚ ਕਿੰਨਾ ਸਾਂਝਾ ਹੈ ਆਪਣੇ ਕੋਲ ਸੌਰੀ ਵੇਟ ਠੀਕ ਹੈ ਬੇਟਾ ਦੇਖੋ ਦੇਖੋ ਦੁਵਾਰਤੀ ਕੀ ਜਿਵੇਂ ਆਪਣੇ ਕੋਲ ਦੋ ਸੰਖਿਆਵਾਂ ਸੀਗੀਆਂ 3 ਤੇ 5 ਇਹਨਾਂ ਦੋਨਾਂ ਚ ਸਾਂਝਾ ਗਿਨਣਾ ਸਿਰਫ 1 ਹੈ ਜਿੰਨਾ ਸੰਖਿਆਵਾਂ ਚ ਸਾਂਝਾ ਸਿਰਫ 1 ਹੋਵੇ ਉਹਨੂੰ ਆਪਾਂ ਕਹਿੰਦੇ ਆ ਕੋ ਪ੍ਰਾਈਮ ਨੰਬਰਸ ਨੇ ਸਹਿ ਅਪਾਜ ਸੰਖਿਆਵਾਂ ਉਹ ਸੰਖਿਆਵਾਂ ਜਿੰਨਾ ਚ ਸਿਰਫ 1 ਸਾਂਝਾ ਹੋਵੇ ਕੋਈ ਹੋਰ ਉਦਾਹਰਨ ਲੈਂਦਾ ਬੇਟਾ ਜਿਵੇਂ ਆਪਣੇ ਕੋਲ ਆ 2 ਤੇ 4 ਇਹਨਾਂ ਦਾ ਸਾਂਝਾ ਕੀ ਹੋਊਗਾ ਦੇਖੋ ਇਹਦੇ ਵਿੱਚ ਕਿਹੜੇ 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 ਗੁਣਨਖੰਡ ਹੋ ਸਕਦੇ ਨੇ 2 ਦੇ 1 ਤੇ 2 ਇਹਦੇ ਵਿੱਚ ਕਿਹੜੇ ਕਿਹੜੇ ਗੁਣਨਖੰਡ ਹੋ ਸਕਦੇ ਨੇ 21 ਹੋ ਸਕਦਾ 4 ਦਾ 4 ਦੇ ਭਾੜੇ ਤੇ 4 ਇੱਕ ਦੇ ਭਾੜੇ ਤੇ ਵੀ ਆਉਂਦਾ 2 ਤੇ ਵੀ ਆਉਂਦਾ 4 ਤੇ ਵੀ ਆਉਂਦਾ ਕਿ ਆ ਦੋਨਾਂ ਚ ਸਾਂਝਾ ਇੱਕ ਹੈ ਨਾ ਜੀ ਇਸ ਤੋਂ ਇਲਾਵਾ ਆ ਵੀ ਬੇ 2 ਵੀ ਸਾਂਝਾ ਤਾਂ ਆ ਦੋਨੋਂ ਸੰਖਿਆਵਾਂ ਜਿਹੜੀਆਂ ਨੇ ਇਹ ਸਹਿ ਅਪਾਜ ਨਹੀਂ ਹਨ ਬੇਟਾ ਠੀਕ ਹੈ ਜੀ ਲੱਗ ਗਿਆ ਬੇਟਾ ਪਤਾ ਸਮਝ ਆ ਗਿਆ ਲੋ ਲਾਸਟ ਕੁਐਸਚਨ ਦੇਖੀਏ ਕਹਿੰਦਾ ਜਦੋਂ ਤੁਸੀਂ ਕੰਪਿਊਟਰ ਯੂਜ਼ ਕਰਦੇ ਹੋ ਬੇਟਾ ਇੱਕ ਤਰੀਕਾ ਤਾਂ ਹੈਗਾ ਤੁਸੀਂ ਜੇ ਕਿਸੇ ਵੀ ਪੇਜ ਦਾ ਪ੍ਰਿੰਟ ਕੱਢਣਾ ਹੈ ਕੰਪਿਊਟਰ ਦੇ ਤਾਂ ਯਾਦ ਹੈ ਤੁਸੀਂ ਉਹ ਪੇਜ ਦੇ ਉੱਤੇ ਕਲਿੱਕ ਕਰੋਗੇ ਉਹਦੀ ਫਾਈਲ ਤੇ ਕਲਿੱਕ ਕਰੋਗੇ ਇੱਕ ਪ੍ਰਿੰਟ ਦੀ ਆਪਸ਼ਨ ਆ ਜਾਂਦੀ ਹੈ ਉਹਨੂੰ ਦਬ ਦੋਗੇ ਤਾਂ ਮਾਊਸ ਨਾਲ ਜੇ ਪ੍ਰਿੰਟ ਦੀ ਆਪਸ਼ਨ ਦਬ ਦੋਗੇ ਤਾਂ ਤੁਹਾਡਾ ਪ੍ਰਿੰਟ ਨਿਕਲਿਆ ਆਊਗਾ ਇੱਕ ਹੁੰਦਾ ਸ਼ਾਰਟਕਟ ਤਰੀਕਾ ਕਿ ਵਿਦਆਊਟ ਮਾਊਸ ਆਪਾਂ ਪ੍ਰਿੰਟ ਕਿਵੇਂ ਕਰ ਦੱਸਦੇ ਆ ਤਾਂ ਉਹਦੇ ਲਈ ਕਿਹੜੇ-ਕਿਹੜੇ ਦੋ ਬਟਨ ਦੱਬਨੇ ਪੈਨੇ ਨੇ ਉਹਦੇ ਲਈ ਬੇਟਾ ਆਪਾਂ ਨੂੰ ਕੰਟਰੋਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਕੰਟਰੋਲ ਕੀ ਕਿਹੜੀ ਹੁੰਦੀ ਹੈ ਪਤਾ ਨਾ ਬੇਟਾ ਕੰਟਰੋਲ ਕੀ ਦੇ ਨਾਲ ਕੰਟਰੋਲ ਦੇ ਨਾਲ ਪੀ ਬਟਨ ਦਬ ਦਿਓ ਕੰਟਰੋਲ ਪਲੱਸ ਪੀ ਪੀ 4 ਪ੍ਰਿੰਟ ਜੇ ਉਹ ਦਬਦਾਂਗੇ ਆਪਣੇ ਕੋਲ ਪੇਜ ਦਾ ਪ੍ਰਿੰਟ ਆਊਟ ਨਿਕਲਿਆ ਹੋਊਗਾ ਕਲੀਅਰ ਹੈ ਬੇਟਾ ਆਈ ਹੋਪ ਤੁਹਾਨੂੰ ਪੰਜੋ ਦੇ ਪੰਜੋ ਕੁਐਸਚਨ ਕਲੀਅਰ ਹੋ ਗਏ ਹੋਣਗੇ ਨੈਕਸਟ ਆਪਾਂ ਸੈਕਿੰਡ ਲੈਕਚਰ ਦੇ ਵਿੱਚ ਅਗਲੀ ਸ਼ੀਟ ਕਵਰ ਕਰਾਂਗੇ ਥੈਂਕ ਯੂ ਹੈਵ ਅ ਨਾਈਸ ਡੇ